ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੜਾ ਮੰਦਭਾਗਾ ਦਿਨ ਹੈ, ਬਹੁਤ ਦੁੱਖ ਹੈ ਕਿ ਫਤਿਹ ਵੀਰ ਸਾਡੇ ਤੋਂ ਦੂਰ ਹੋ ਗਿਆ। ਨੰਨੀ ਜਾਨ, 2 ਸਾਲਾਂ ਦਾ ਬੱਚਾ ਜਿਹਦਾ ਜਨਮ ਦਿਨ ਸੀ 10 ਤਰੀਕ ਦਾ, ਆਪਣੇ ਮਾਂ ਪਿਓ ਤੋਂ ਬਥੇਰਾ ਉਹਦੇ ਅੰਦਰ ਉਸ ਜਿੱਥੇ ਉਹ ਫਸਿਆ ਹੋਇਆ ਸੀ। ਬਹੁਤ ਕਿਹਾ ਹੋਣਾ ਕਿ ਮਾਂ ਮੈਨੂੰ ਬਾਹਰ ਕੱਢ ਲਾ, ਮਾਂ ਮੈਨੂੰ ਬਾਹਰ ਕੱਢ ਲਾ। ਉਹਨੇ ਬੜੀ ਤੜਫਿਆ ਹੋਣਾ, ਸ਼ਾਇਦ ਉਹਨੂੰ ਕੱਢ ਲੈਂਦੇ ਜੇ ਸਾਡੇ ਬਣਾਏ ਪ੍ਰਸ਼ਾਸਨ ਨੇ ਥੋੜ੍ਹਾ ਧਿਆਨ ਦਿੱਤਾ ਹੁੰਦਾ। ਪਹਿਲੀ ਗਲਤੀ ਹੋ ਗਈ ਕਿ ਉਹ ਢੱਕਿਆ ਨਹੀਂ ਗਿਆ। ਉਹ ਤੋਂ ਬਾਅਦ ਇਹਨਾਂ ਚੀਜ਼ਾਂ ਨਾਲ ਜਿੱਠਣ ਲਈ ਸਾਡੇ ਇਸ ਮਹਾਨ ਲੋਕਤੰਤਰ ਦੇਸ਼ ਵਿੱਚ ਲੋਕਾਂ ਦੀਆਂ ਬਣਾਈਆਂ ਸਰਕਾਰਾਂ ਵਿੱਚ ਲੋਕਾਂ ਲਈ ਕੋਈ ਸਹੂਲਤ ਨਹੀਂ ਆ। ਲੋਕਾਂ ਦੀਆਂ ਬਣਾਈਆਂ ਜ਼ਰੂਰ ਨੇ, ਪਰ ਲੋਕਾਂ ਲਈ ਨਹੀਂ ਹੈਗੀ, ਲੋਕਾਂ ਦੀ ਨਹੀਂ ਹੈਗੀ, ਲੋਕਾਂ ਦੁਆਰਾ। ਅਸੀਂ ਅੰਨੇ ਵਾਹ ਇਹਨਾਂ ਨੂੰ ਵੋਟਾਂ ਪਾ ਆਉਂਦੇ ਹਾਂ ਜਾ ਕੇ, ਪਰ ਉਹ ਵੋਟਾਂ ਦਾ ਕੋਈ ਮੁੱਲ ਨਹੀਂ ਮੋੜਿਆ ਜਾਂਦਾ। ਅਸੀਂ ਵੋਟਾਂ ਪਾਉਣੇ ਇਹਨਾਂ ਨੂੰ ਰਾਜੇ ਬਣਾਉਣ ਲਈ, ਕਿ ਇਹ ਬੈਠ ਕੇ ਪ੍ਰਸ਼ਾਸਨ ਕਰ ਸਕਣ, ਟੌਰ ਨਾ ਘੁੰਮ ਫਿਰ ਸਕਣ, ਨਾ ਇਹ ਜਿਹੜੇ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਉਹ ਨਿਆਣੇ ਬਾਰੇ ਸੋਚਦੇ ਆ, ਨਾ ਕਿਸੇ ਹੋਰ ਬਾਰੇ ਸੋਚਦੇ ਆ, ਆਰਾਮ ਨਾਲ ਬੈਠੇ ਨੇ ਘਰਾਂ 'ਚ। ਉਹ ਜਵਾਕ 5 ਦਿਨ ਸੜਿਆ ਉੱਥੇ, ਜੇ ਪ੍ਰੋਪਰ ਟੈਕਨੋਲੋਜੀ ਨੇ ਉਹਨੂੰ ਕੱਢ ਲਿਆ ਹੁੰਦਾ ਤਾਂ ਸ਼ਾਇਦ ਅੱਜ ਉਹਦੀ ਜਾਨ ਬਚ ਜਾਂਦੀ। ਜੇ ਇਹਨਾਂ ਨੇ ਕੋਈ ਲੋਕਾਂ ਲਈ ਟੈਕਨੋਲੋਜੀ ਬਣਾਈ ਹੁੰਦੀ ਤਾਂ ਸ਼ਾਇਦ ਉਹਦੀ ਜਾਨ ਬਚ ਜਾਂਦੀ, ਪਰ ਨਹੀਂ, ਇਹਨਾਂ ਨੇ ਥੋੜ੍ਹੀ ਕੁਛ ਕਰਨਾ। ਅਸੀਂ ਵੋਟਾਂ ਪਾਉਣੀਆਂ, ਪਾਗਲਾਂ ਵਾਂਗੂ ਮੂਰਖਾਂ ਵਾਂਗੂ ਅਸੀਂ ਉਹਨਾਂ ਨੂੰ ਵੋਟਾਂ ਪਾਉਣੀਆਂ, ਅਸੀਂ ਉਹਨਾਂ ਨੂੰ ਰਾਜੇ ਬਣਾਉਣਾ ਤਾਂ ਕਿ ਸਾਡੇ ਉੱਤੇ ਸਾਨੂੰ ਆਪਣੇ ਕਬਜ਼ੇ ਅੰਡਰ ਰੱਖ ਸਕਣ। ਅਸੀਂ ਪੰਜਾਬ ਦੇ ਲੋਕ ਇੰਨੇ ਕਮਲੇ ਹੋ ਗਏ ਹਾਂ, ਕਿੰਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਹਰ ਸਾਲ ਮੂਰਖ ਬਣਾਉਂਦੇ ਆ। ਇਹ ਕਹਿੰਦੇ ਉਹਨਾਂ ਨੂੰ ਮੂਰਖ ਬਣਾਓ, ਅਸੀਂ ਮੂਰਖ ਬਣਦੇ ਨੇ, ਇਹ ਸਾਨੂੰ ਬਣਾਉਂਦੇ ਨੇ, ਅਸੀਂ ਬਣਦੇ ਹਾਂ। ਅਤੇ ਹੁਣ ਵੀ ਇਹਨਾਂ ਨੂੰ ਪਤਾ ਕੀ ਹੈ ਕਿ ਇਹਨਾਂ ਦਾ ਕੀ ਹੈ, ਆਹ 10-15 ਦਿਨ ਰੌਲਾ ਪਊਗਾ। ਆਹ ਪਹਿਲਾਂ ਇੱਕ ਮੁੰਡਾ ਮਾਰਤਾ, ਪੁਲਿਸ ਦੇ ਵਿੱਚ ਮਾਰਿਆ ਗਿਆ ਸੀ, ਉਹ ਵੀ ਠੰਡਾ ਕਰਤਾ ਮਾਮਲਾ। ਕੋਈ ਗਰੀਬ ਹੋਊਗਾ ਤਾਂ ਗਰੀਬ ਨੂੰ ਪੈਸਾ ਦੇ ਦਿੰਦੇ, ਉਹ ਵੀ ਉਹੋ ਜਿਹੇ ਗਰੀਬ ਜਿਹੜੇ ਪੈਸੇ ਲੈ ਕੇ ਆਪਣੇ ਧੀ ਪੁੱਤ ਨੂੰ ਵੇਚ ਦਿੰਦੇ ਆ, ਧੀ ਪੁੱਤ ਦੀ ਮੌਤ ਦੀ ਮੁੱਲ ਲਾ ਲੈਂਦੇ ਆ। ਹੁਣ ਬੈਠੇ ਘਰੇ ਕਹਿੰਦੇ ਹੋਣੇ ਆ 15 ਕੁ ਦਿਨ ਹੈ ਫਿਰ ਠੰਡਾ ਪੈ ਜੂ ਸਾਰਾ ਕੰਮ, ਅਸੀਂ ਵੀ ਠੰਡੇ ਹੋ ਜਾਂਦੇ ਹਾਂ, ਸਾਡੀ ਵੀ ਪਤਾ ਨਹੀਂ ਉਸ ਯੋਧਿਆਂ ਦੀ ਕੌਮ ਆ ਸਾਡੀ, ਸਾਡਾ ਖੂਨ ਠੰਡਾ ਕਿਵੇਂ ਪੈ ਜਾਂਦਾ। ਅਸੀਂ ਵੋਟਾਂ ਹੀ ਕਿਉਂ ਪਾਉਂਦੇ ਹਾਂ, ਨਾ ਪਾਓ, 0 ਵੋਟ ਪਾਓ ਇਹਨਾਂ ਨੂੰ, ਕੁਛ ਨਾ ਪਾਓ, ਜਦੋਂ ਸਾਡੇ ਲਈ ਇਹਨਾਂ ਨੂੰ ਕੁਛ ਕਰਨਾ ਹੀ ਨਹੀਂ। 500-2000 ਰੁਪਏ ਪਿੱਛੇ ਵੋਟ ਵੇਚਦੇ ਹੋ, 2000 ਪਿੱਛੇ ਆਪਣੇ ਬੱਚਿਆਂ ਦੀ ਜ਼ਿੰਦਗੀ ਵੇਚਦੇ ਹੋ, 2000 ਪਿੱਛੇ ਆ 5 ਸਾਲ ਲਈ ਆਪਣੇ ਨਿਆਣਿਆਂ ਦੀ ਜ਼ਿੰਦਗੀ ਦਾਅ ਤੇ ਲਾਉਂਦੇ ਹੋ ਤੁਸੀਂ। ਇਹਨਾਂ ਕੋਲ ਕੋਈ ਇਹੋ ਜਿਹੀ ਟੈਕਨੋਲੋਜੀ ਨਹੀਂ ਆ, ਐਡੇ ਐਡੇ ਬੁੱਤ ਬਣਾ ਰੱਖੇ ਨੇ, ਸੋਨਾ ਚੜ੍ਹਾ ਰੱਖਿਆ ਥਾਂ ਥਾਂ 'ਤੇ। ਇਹਨਾਂ ਕੋਲ ਇਹ ਟੈਕਨੋਲੋਜੀ ਨਹੀਂ ਕਿ 150 ਫੁੱਟ ਤੋਂ 120-125 ਫੁੱਟ ਤੋਂ ਜਵਾਕ ਨੂੰ ਕੱਢ ਸਕਣ। ਦੇਸ਼ ਦੇ ਮੁੱਖ ਮੰਤਰੀ ਜੀ
90 ਘੰਟਿਆਂ ਬਾਅਦ ਟਵੀਟ ਕਰ ਰਹੇ ਆ, ਟਵੀਟ ਕਰ ਰਹੇ ਨੇ, ਅਸੀਂ ਚੁਣਿਆ, ਅਸੀਂ ਤੁਹਾਡੀ ਸਰਕਾਰ ਬਣਾਈ ਆ, ਅਸੀਂ ਤੁਹਾਨੂੰ ਸਾਡਾ ਪ੍ਰਤੀਨਿਧ ਚੁਣਿਆ ਵੀ ਇਹ ਬੰਦਾ ਸਾਡੇ ਲਈ ਕੰਮ ਕਰੂਗਾ। ਅਸੀਂ ਕਿੰਨੇ ਉਮੀਦਾਂ ਦੇ ਨਾਲ ਤੁਹਾਨੂੰ ਚੁਣਦੇ ਹਾਂ, ਤੁਸੀਂ ਇੱਕ ਟਵੀਟ ਕਰਨ ਜੋਗੇ ਹੋ? ਟਵੀਟ ਕਰੋ, ਅਸੀਂ ਤੁਹਾਡੇ ਨੂੰ ਮੋਨੀਟਰ ਕਰ ਰਹੇ ਹਾਂ, ਮੋਨੀਟਰ ਕਰ ਰਹੇ ਹਾਂ। ਕਦੋਂ ਕੁ ਤੱਕ ਮੋਨੀਟਰ ਕਰੋਗੇ ਘਰੇ ਬਹਿ ਕੇ? ਸਰ ਸਾਰੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਆਉਂਦੀਆਂ, ਪਹਿਲਾਂ ਵਾਲੀ ਸਰਕਾਰ ਦਾ ਵੀ ਤਾਂ ਬਾਦਲ ਸਰਕਾਰ ਦਾ ਕਿਹੜਾ ਫਰਜ਼ ਨਹੀਂ ਬਣਦਾ ਸੀ? ਫਿਰ ਕੀ ਹੈ ਤੁਹਾਡੀ ਸਰਕਾਰ ਨਹੀਂ ਕਿਸੇ ਟਾਈਮ 'ਤੇ ਇਸੇ, ਹਾਲੇ ਵੀ ਤੁਸੀਂ ਵਿਰੋਧੀ ਧਿਰੇ ਹੋ, ਵਿਰੋਧੀ ਧਿਰੇ ਹੋ, ਆ ਕੇ ਤੁਸੀਂ ਦੇਖ ਲੈਂਦੇ। ਸੈਂਟਰ 'ਤੇ ਪਾਉਂਦੇ ਕੋਈ ਟੈਕਨੋਲੋਜੀ ਮੰਗਾਉਂਦੇ, ਉਹ ਮਾਂ ਨੂੰ ਪੁੱਛ ਕੇ ਦੇਖੋ ਜਾ ਕੇ ਕੀ ਬੀਤੀ ਉਹਨਾਂ 'ਤੇ। ਆਰਾਮ ਨਾਲ ਇਹ ਬੱਚਾ ਬਚ ਸਕਦਾ ਸੀ ਜੇ ਇਹਨਾਂ ਨੇ ਥੋੜ੍ਹੀ ਹਿੰਮਤ ਮਾਰੀ ਹੁੰਦੀ। ਫਿਰ ਉੱਥੇ ਚੌਧਰੀ ਚੱਲ ਰਹੀ ਆ, ਉਹ ਕਹਿੰਦੇ ਅਸੀਂ ਮਹਾਨ ਬਣਾਂਗੇ, ਦੂਜਾ ਗਰੁੱਪ ਕਹਿੰਦਾ ਅਸੀਂ ਮਹਾਨ ਬਣਾਂਗੇ, ਬੱਚੇ ਨੂੰ ਕੱਢ ਕੇ ਐਕਸਪੈਰੀਮੈਂਟ ਕਰ ਰਹੇ ਨੇ ਉੱਥੇ। ਐਕਸਪੈਰੀਮੈਂਟ ਕਰੀ ਚੱਲੇ ਹੋ ਇਸ ਮੁਲਕ 'ਚ, ਐਕਸਪੈਰੀਮੈਂਟ ਲੋਕਾਂ ਦੀਆਂ ਜਾਨਾਂ 'ਤੇ, ਲੋਕਾਂ ਦੇ ਧੀਆਂ ਪੁੱਤਾਂ 'ਤੇ ਐਕਸਪੈਰੀਮੈਂਟ ਕਰੋ। ਇੱਕ ਪਿੰਡ ਦੇ ਬੰਦੇ ਨੇ, ਇੱਕ ਆਮ ਬੰਦੇ ਨੇ ਕਿਹਾ ਮੈਨੂੰ ਮੌਕਾ ਦਿਓ, ਉਹਨੂੰ ਮੌਕਾ ਨਹੀਂ ਦਿੱਤਾ, ਆਖਿਰਕਾਰ ਉਸੇ ਤੋਂ ਕਢਾਇਆ ਇਹਨਾਂ ਨੇ। ਕਿਸੇ ਦਾ ਮਾਂ ਦੇ ਪੁੱਤ ਦੀ ਜਾਨ ਲੈ ਕੇ ਤੁਸੀਂ ਹੁਣ ਕੀ ਸਾਬਤ ਕਰਦੇ, ਕੀ ਮਹਾਨ ਕੰਮ ਕਰਦੇ? ਜਦੋਂ ਵੋਟਾਂ ਹੁੰਦੀਆਂ ਉਦੋਂ ਤੁਸੀਂ ਐਂ ਰੈਲੀਆਂ ਕਰਦੇ ਹੋ, ਅਸੀਂ ਆਹ ਕਰ ਦਾਂਗੇ, ਆਹ ਕਰ ਦਾਂਗੇ, ਰੈਲੀਆਂ ਪਿੰਡਾਂ 'ਚ, ਗਲੀਆਂ 'ਚ। ਕੀ ਕਰਨਾ ਸੀ ਰੈਲੀਆਂ ਦਾ? ਕੰਮ ਕਰਿਆ ਕਰੋ, ਕੰਮ ਕਰੋਗੇ, ਰੈਲੀ ਕਰਨ ਦੀ ਲੋੜ ਹੀ ਨਹੀਂ, ਤੁਹਾਨੂੰ ਵੈਸੇ ਹੀ ਵੋਟ ਪੈ ਜਾਣੀ ਹੈ। ਕਿਉਂ ਲੋਕਾਂ ਅੱਗੇ ਹੱਥ ਅੱਡ ਦਿਓ? ਜਦੋਂ ਵੋਟਾਂ ਜਾਂਦੀਆਂ ਲੋਕਾਂ ਅੱਗੇ ਹੱਥ ਅੱਡ ਅੱਡ ਕੇ ਵੋਟਾਂ ਮੰਗਦੇ ਹੋ? ਕੰਮ ਕਰੋ ਨਾ, ਇੱਕ ਵੀ ਰੈਲੀ ਨਾ ਕੱਢੋ, ਵੋਟ ਪਾਵਾਂਗੇ। ਮੈਂ ਅੱਜ ਤੱਕ ਵੋਟ ਨਹੀਂ ਪਾਈ ਇਹਨਾਂ ਗੰਦੀਆਂ ਸਰਕਾਰਾਂ ਨੂੰ, ਅੱਜ ਤੱਕ ਕਿਉਂ ਪਾਈਏ? ਕੀ ਕਰਦੇ ਨੇ? ਸੋਚੋ, ਸੋਚੋ ਮਾੜਾ ਜਿਹਾ, ਸੋਚੋ ਪੰਜਾਬੀਓ, ਸੋਚੋ। ਲੋਕਤੰਤਰ ਨਾਮ ਹੈ, ਇਹ ਲੋਕਾਂ ਦੀ ਸਰਕਾਰ ਹੈ, ਲੋਕਾਂ ਦੁਆਰਾ ਸਰਕਾਰ ਹੈ, ਨਾ ਇਹ ਲੋਕਾਂ ਦੀ ਆ ਨਾ ਲੋਕਾਂ ਲਈ ਆ। 2-2 ਹਜ਼ਾਰ ਪਿੱਛੇ ਵੋਟਾਂ ਵਿਕਦੀਆਂ, ਆਪਣੇ ਧੀਆਂ ਪੁੱਤਿਆਂ ਨੂੰ ਵੇਚਦਿਆ ਕਰੋ 2000 ਚ, 5 ਸਾਲਾਂ ਨੇ ਉਹਨਾਂ ਦਾ, ਉਹਨਾਂ ਨੂੰ ਦਾਅ ਤੇ ਲਾ ਦਿਆ ਕਰੋ। ਯੋਧਿਆਂ ਦੀ ਕੌਮ, ਕਿਹੋ ਜਿਹੇ ਯੋਧੇ ਹੋਏ ਨੇ, ਕਿੱਦਾਂ ਕਿੱਦਾਂ ਉਹਨਾਂ ਨੇ ਪੁੱਤਰ ਵਾਰ ਕੇ ਸਿਰ ਦੇ ਕੇ ਕੁਰਬਾਨੀਆਂ ਲਈਆਂ ਨੇ, ਤੇ ਅਸੀਂ ਕੀ ਕਰੀ ਜਾਂਦੇ ਹਾਂ? ਅਸੀਂ ਕਿਹਨਾਂ ਨੂੰ ਮੁਲਕ ਸਮਾਇਆ ਹੋਇਆ, ਆਰਾਮ ਨਾਲ ਬੈਠਿਆ ਘਰਾਂ 'ਚ। ਸੋਚ ਲਓ, ਹਲੇ ਵੀ ਸੋਚ ਲਓ, ਪੰਜਾਬ ਉਪਜਾਉਣਾ ਸੋਚ ਲਓ। ਮੇਰੀ ਬੇਨਤੀ ਹੈ, ਹੱਥ ਅੱਗੇ, ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ, ਇਹਨਾਂ ਨੂੰ ਦੇਖ ਲਓ, ਇਹਨਾਂ ਨੂੰ ਦੇਖ ਲਓ ਸਾਰਿਆਂ ਨੂੰ, ਇਹਨਾਂ ਨੂੰ ਟਵੀਟ ਕਰਨ ਵਾਲਿਆਂ ਨੂੰ ਦੇਖ ਲਓ। ਬੋਲਾਂਗੇ ਅਸੀਂ, ਬੋਲਾਂਗੇ ਅਸੀਂ, ਅਸੀਂ ਮੁਸਾਫਿਰ ਹਾਂ ਇੱਕ ਦੁਨੀਆ 'ਤੇ, ਚੱਲ ਹੀ ਜਾਣਾ ਇੱਕ ਦਿਨ, ਇੱਕ ਨਾ ਇੱਕ ਦਿਨ ਤਾਂ, ਪਰ ਸੱਚ ਬੋਲ ਕੇ ਜਾਵਾਂਗੇ, ਹੱਕ ਲੈ ਕੇ ਜਾਵਾਂਗੇ। ਮੇਰੀ ਬੇਨਤੀ ਹੈ, ਬੋਲੋ, ਘਰਾਂ 'ਚ ਗੱਲਾਂ ਨਾ ਕਰੋ, ਬਾਹਰ ਕਰੋ। ਆਵਾਜ਼ 'ਚ ਕਲਮ 'ਚ ਤੁਹਾਡੀ ਜ਼ਬਾਨ 'ਚ ਬੜਾ ਦਮ ਹੈ, ਬੜਾ ਦਮ ਹੈ 'ਚ। ਜ਼ਮੀਰਾਂ ਨੂੰ ਜਗਾ ਲਓ, ਅੱਖਾਂ ਬੰਦ ਕਰਕੇ ਵੋਟਾਂ ਨਾ ਪਾਓ, 2000 ਪਿੱਛੇ ਵੋਟ ਨਾ ਵੇਚੋ। ਜਿਹੜੇ ਆ ਵੋਟਾਂ ਲੈਣ ਤੋਂ ਪਹਿਲਾਂ ਘਰਾਂ 'ਚ ਮੰਗਣ ਜਾਂਦੇ ਆ ਨਾ, ਮੰਗਤੇ ਵਾਂਗੂ ਕੰਮ ਕਰਾਇਆ ਕਰੋ, ਮੰਗਣ ਦੀ ਲੋੜ ਨਹੀਂ ਆ। ਰੈਲੀਆਂ ਕਰਨ ਦੀ ਦਿਨ 'ਚ 10-10 ਰੈਲੀਆਂ ਕੱਢਦੇ, ਉਹਦੀ ਲੋੜ ਨਹੀਂ ਆ। ਕੰਮ ਕਰਾ ਕੇ ਦੇਖੋ, ਕੰਮ ਕਰਾ ਕੇ ਦੇਖੋ, ਲੋਕਾਂ ਲਈ ਰੱਬ ਬਣੋ, ਲੋਕਾਂ ਲਈ ਗੁੰਡੇ ਨਾ ਬਣੋ, ਰੱਬ ਬਣ ਕੇ ਦੇਖੋ। ਲੋਕਾਂ ਦੇ ਦਿਲਾਂ 'ਚ ਰਾਜ ਕਰੋ, ਦਿਲਾਂ 'ਚ। ਲੋਕਾਂ ਲਈ ਖੌਫ ਨਾ ਪੈਦਾ ਕਰੋ, ਲੀਡਰ ਆ ਗਏ, ਲੀਡਰ ਆ ਗਏ।